ਜਿੰਦਾ ਕੈਪਟਨ ਆਏ ਹਾਏ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 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 कोरोना वायरस कारण सूबे भर च करफ्यू लगा होने करके किसानों नूं मंडियां च फसल लैके जाने लई पास जारी किए गए पर तरन तारण की अनाज मंडी च किसानों नूं पास नहीं जारी किए गए जिस तों बाद किसानों नूं मंडियां च जाण दी इजाजत नहीं दिती जा रही ते किसानों ने रोस प्रगट किया अते नारेबाजी की है ते कहा कि मौसम खराब होने करके वह फसल नूं कित्थे लैके जाणगे अते वह सोशल डिस्टेंसिंग का पूरा ध्यान रखणगे ते अपनी फसल बेचण नूं तैयार ने। मंडी च साडा रोस मजारा चल रहा गेट ते इस करके चल रहा भी जिहड़ी कणक लिया रहे किसान दुखी दे दुख दुखारे होए पए आ बाह कढ के लियांदी उत्तों बदल होया पिया वह ट्रालियां इत्थे रोक रहे सी जिहड़े अपने हैगे आ इत्थे गेट दे उत्ते जिहड़ी आ भी ट्रालियां ही जाण नहीं देणियां पास इन्हां चार दिन एक भी जारी नहीं किया। आड़ती भी इतने एसोसीएशन आई है उन्हें कहा भी सानू चार दिन हो गए एक भी पास जारी नहीं होया पास जारी नहीं होया किसानों ने ट्रालियां किसान आवाजार हो पाए वो बेचारा डेढ़ किले वाला दो किले वाला पांच किले वाला किसान अपनी कणक वढ के जिहड़ा वा वो लिया इतने हुण गलबात जिहड़ा एसडीएम आया वा डीएसपी आए आ तरन तारण होर अधिकारी है हुण इतने गलबात यह हुई है कि वह डीसी एसडीएम उपर गल करता वा जिन्नियां ट्रालियां खलोतियां वा जिन्नियां भी ट्रालियां आउणगियां बाकी भी वह भी सारियां अंदर लगन गियां जिहड़ी होर भी कोई ट्राली आऊ वह भी सारियां अंदर लगन गियां ਉੱਥੋਂ ਬੈਠ ਕੇ ਐਸਟ੍ਰੀਮ ਦੇ ਕੋਲ ਉਹ ਬੈਠ ਕੇ ਆੜ੍ਹਤੀਆਂ ਨੁਮਾਇੰਦਿਆਂ ਨਾਲ ਅਤੇ ਕਿਸਾਨ ਨੁਮਾਇੰਦਿਆਂ ਨਾਲ ਬੈਠ ਕੇ ਗੱਲ ਕਰੂਗਾ ਉਹ ਕੀ ਨਿਬੜਦਾ ਵਾ ਉਦੋਂ ਬਾਅਦ 'ਚ ਪਤਾ ਲੱਗੂ ਸਾਡਾ ਧਰਨਾ ਜਿਹੜਾ ਵਾ ਸਾਡਾ ਕਿਸਾਨ ਮਜ਼ਦੂਰ ਜਿੱਥੇ ਬੰਦੇ ਨੂੰ ਧਰਨਾ ਵਾਲਾ ਗੇਟ 'ਤੇ ਉਹ ਲਗਾਤਾਰ ਚਾਲੂ ਰਹੂਗਾ ਜਿੰਨਾ ਚਿਰ ਕਿਸੇ ਬੰਦੇ ਮਸਲੇ ਦਾ ਪੂਰਾ ਹੱਲ ਨਹੀਂ ਹੋ ਜਾਂਦਾ। ਅਸੀਂ ਸੋਸ਼ਲ ਡਿਸਟੈਂਸ ਜਿਹੜੀ ਵੇਖ ਰਹੇ ਹਾਂ ਸੋਸ਼ਲ ਡਿਸਟੈਂਸ ਜਿਹੜੀ ਆ ਅਸੀਂ ਉਹਦੇ ਹਾਮੀ ਹਾਂ ਪਰ ਸੋਸ਼ਲ ਡਿਸਟੈਂਸ ਆੜ੍ਹਤੀ ਜ਼ਿੰਮੇਵਾਰੀ ਲੈ ਰਹੇ ਹਾਂ ਵੀ ਅਸੀਂ ਆਪਣੀ ਦੁਕਾਨ 'ਤੇ ਆਪੇ ਰੱਖਾਂਗੇ ਸੋਸ਼ਲ ਡਿਸਟੈਂਸ ਰੱਖਾਂਗੇ ਅਸੀਂ ਕਿਸਾਨਾਂ ਨੂੰ ਆਪਣੇ ਆਪ ਖਿਲਾਰਾਂਗੇ ਜਿੱਥੇ ਖਿਲਾਰਨਾ ਪਰ ਸਾਡੀ ਕਣਕ ਨਾ ਰੋਕੀ ਜਾਵੇ ਕਿਉਂਕਿ ਤਿੰਨ ਚਾਰ ਦਿਨ ਦੇ ਵਿੱਚ ਵਾਢੀ ਜਿਹੜੀ ਆ ਸਾਰੀ ਤਰਨ ਤਾਰਨ ਆਪਣੇ ਮਾਝੇ ਦੇ ਵਿੱਚ ਮੁਕੰਮਲ ਹੋ ਜਾਣੀ ਆ ਮਾਲਵੇ ਦੀ ਵਾਢੀ ਪੂਰੇ ਜ਼ੋਰ ਨਾਲ ਪਈ ਆ ਇੱਥੇ ਆਪਣੀ ਕਣਕ ਦੀ ਮਾਝੇ 'ਚ ਥੋੜ੍ਹੀ ਲੇਟ ਸੀ ਇੱਥੇ ਹੁਣ ਵਾਢੀ ਪੂਰੇ ਜ਼ੋਰ ਨਾਲ ਪੈ ਗਈ ਆ ਇਹ 30 ਤਰੀਕ ਤੱਕ 1 ਮਈ ਤੱਕ ਸਾਰੀ ਕਣਕ ਵੱਢੀ ਜਾਣੀ ਆ ਅਤੇ ਕਿਸਾਨ ਨੇ ਕਣਕ ਲਿਆਉਣੀ ਆ ਲੇਬਰ ਉਹਦੇ ਕੋਲ ਹੈਗੀ ਨਹੀਂ ਉਹਨੇ ਇੱਥੇ ਲਿਆਉਣੀ ਆ ਆੜ ਕੇ ਜ਼ਿੰਮੇਵਾਰੀ ਲਾ ਦੇਣਾ ਜਾਂ ਇਹ ਬਾਹਰ ਦੇਣਾ ਸਾਡੀ ਮੰਗ ਆ ਬਾਹਰ ਦੇਣਾ ਪਿੰਡਾਂ 'ਚ ਦੇ ਦੇਣਾ ਉਹਨਾਂ ਨੂੰ ਪਿੰਡਾਂ 'ਚ ਕਿਸਾਨਾਂ ਕੋਲ ਕਣਕ ਭਰਾ ਲੈਣਾ ਜਾਂ ਆੜ ਕੇ ਜ਼ਿੰਮੇਵਾਰੀ ਲਾਉਣਾ ਉਹ ਸੋਸ਼ਲ ਜਿਹੜੀ ਡਿਸਟੈਂਸ ਆ ਜਾਂ ਜਿਹੜੀ ਸਰੀਰਕ ਦੂਰੀ ਆ ਕਰੋਨਾ ਵਾਇਰਸ ਤੋਂ ਉਹ ਰੱਖਣ ਦਾ ਜ਼ਿੰਮੇਵਾਰ ਉਹਨੂੰ ਬੁਲਾ ਦੇਣਾ ਇਹ ਜਾਣ ਬੁੱਝ ਕੇ ਸਰਕਾਰ ਨੇ ਭੰਬੜ ਭੂਸਾ ਪਾਇਆ ਆ ਕਿਸਾਨਾਂ ਲੁੱਟ ਕਰਨ ਵਾਸਤੇ ਉਹਨਾਂ ਨੂੰ ਖੱਜਲ ਖੁਆਰਨ ਵਾਸਤੇ ਪਾਇਆ ਆ ਇਹ ਅਸੀਂ ਬਿਲਕੁਲ ਬਰਦਾਸ਼ਤ ਜਥੇਬੰਦੀਆਂ ਨਾਲ ਨਹੀਂ ਕਰਾਂਗੇ ਇਹ ਸਾਡਾ ਧਰਨਾ ਇੱਥੇ ਲਗਾਤਾਰ ਜਾਰੀ ਆ ਸਾਡੀ ਮੰਗ ਇਹੀ ਆ ਵੀ ਬਾਦਲਾ ਪਿੰਡਾਂ 'ਚ ਦਿੱਤਾ ਜਾਵੇ ਜਾਂ ਆੜ੍ਹਤੀ ਜ਼ਿੰਮੇਵਾਰੀ ਪਾਈ ਜਾਵੇ ਉਹ ਆਪੇ ਸੋਸ਼ਲ ਡਿਸਟੈਂਸ ਆਪਣੀ ਦੁਕਾਨ 'ਤੇ ਮੇਨਟੇਨ ਕਰੇ ਅਤੇ ਹੋਰ ਇਹਦਾ ਕੋਈ ਹੱਲ ਨਹੀਂ ਜਾਂ 200 ਰੁਪਇਆ ਕੁਇੰਟਲ ਸਾਡੀ ਮੰਗ ਆ ਉਹ ਬੋਨ ਦਿੱਤਾ ਜਾਵੇ ਬਾਕੀ ਦੇ ਜਿਹੜੇ ਸਾਰੇ ਮਸਲੇ ਆ ਕਿਸਾਨਾਂ ਦੇ ਬਾਹਰ ਦਾ ਨਾਲ ਲਿਆਂਦਾ ਜਾਵੇ ਬਾਹਰ ਦਾ ਨਾਮ ਇਹਨਾਂ ਦੇ ਕੋਲ ਹੈ ਨਹੀਂ ਗਾ ਬਾਹਰ ਦਾ ਨਾਲ ਵੀ ਥੋੜ੍ਹਾ ਆ ਰਹੀ ਆ ਇਹ ਜਿਹੜਾ ਲੰਮਾ ਸੀਜ਼ਨ ਪੰਜਾਬ ਦੀ ਸਰਕਾਰ ਕਹਿ ਰਹੀ ਆ ਵੀ ਅਸੀਂ 45 ਦਿਨ ਸੀਜ਼ਨ ਚਲਾਉਣਾ ਜੀ ਅਸੀਂ 15 ਜੂਨ ਤੱਕ ਕਣਕ ਤੋਲਣੀ ਆ ਇਹ ਬਿਲਕੁਲ ਬਰਦਾਸ਼ਤ ਯੋਗ ਨਹੀਂ ਹੈਗਾ ਕਿਉਂਕਿ ਕਿਸਾਨ ਨੇ ਅਗਲੀ ਫਸਲ ਬੀਜਣੀ ਆ ਉਹ ਅੱਗੇ ਕਰਜ਼ਾਈ ਹੋਇਆ ਪਿਆ ਖੁਦਕੁਸ਼ੀਆਂ ਰੋਜ਼ ਕਰ ਰਿਹਾ ਉਹਨੇ ਆਪਣੇ ਪੈਸੇ ਜਿਹੜੇ ਆ ਅੱਗੇ ਬੈਂਕਾਂ ਨੇ ਦੇਣੇ ਆ ਆੜ੍ਹਤੀਆਂ ਦੇਣੇ ਆ ਫਿਰ ਉਹਨੇ ਗਾਹ ਅਗਲਾ ਕੰਮ ਆਪਣਾ ਕੋਈ ਚਲਾਉਣਾ ਵਾ ਇਸ ਕਰਕੇ ਗਾਹ ਅਗਲੀ ਫਸਲ ਦੀ ਪਹਿਲੀ ਜ਼ਮੀਨ ਤਿਆਰ ਕਰਨੀ ਆ ਪਨੀਰੀ ਬੀਜਣੀ ਆ ਉਹਦੇ ਵਾਸਤੇ ਵੱਡੇ ਕੰਮ ਪਾਇਆ ਇਸ ਵੇਲੇ ਜਿਹੜਾ ਧੁਰਾ ਵਾ ਉਹ ਸਾਰਾ ਖੇਤੀਬਾੜੀ 'ਤੇ ਨਿਰਭਰ ਆ ਖੇਤੀਬਾੜੀ ਨਾਲ ਸਾਰੇ ਕੰਮ ਚੱਲਣੇ ਆ ਜੇ ਅੱਜ ਖੇਤੀਬਾੜੀ ਜਿਹੜੀ ਆ 30 ਲੱਖ ਜਿਹੜੀ ਟਨ ਆ ਕਣਕ ਆਉਣੀ ਆ ਪੰਜਾਬ ਦੇ ਵਿੱਚ ਉਹਨੇ ਪੰਜਾਬ ਦਾ ਸਾਰਾ ਸਰਕਲ ਚਲਾਉਣਾ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੀ ਸਰਕਾਰ ਅਤੇ ਮੋਦੀ ਸਰਕਾਰ ਮਾਰ ਰਹੀ ਆ ਅਸੀਂ ਉਹ ਬਰਦਾਸ਼ਤ ਨਹੀਂ ਕਰਨਾ ਸਾਡਾ ਧਰਨਾ ਇੱਥੇ ਲਗਾਤਾਰ ਜਾਰੀ ਆ ਜਿੰਨਾ ਚਿਰ ਆੜ੍ਹਤੀਆਂ ਦੀ ਗੱਲ 'ਤੇ ਉਹਨਾਂ ਦੀ ਮੁੱਕ ਰਹੀ ਆ। ਇਸ ਦੇ ਨਾਲ ਹੀ SDM ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਸ ਮਾਮਲੇ ਨੂੰ ਸੁਲਝਾਇਆ ਜਾ ਰਿਹਾ ਹੈ। ਬੜਾ ਹੀ ਵਧੀਆ ਤਰੀਕੇ ਨਾਲ ਸਾਡੇ ਪ੍ਰੋਗਰਾਮ ਚੱਲ ਰਹੇ ਸੀ। ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਸੀ। ਅੱਜ ਸਵੇਰੇ ਕੁਝ ਕਿਸਾਨ ਜਿੱਥੇ ਬੰਦੀਆਂ ਉਹਨਾਂ ਇੱਥੇ ਆ ਕੇ ਵੀ ਕਿਹਾ ਕਿ ਵੀ ਕਿਸਾਨਾਂ ਨੂੰ ਪ੍ਰੋਬਲਮ ਆ ਰਹੀ ਹੈ। ਸਾਡੇ ਵੱਲੋਂ ਜ਼ਿਲ੍ਹੇ ਵਿੱਚ ਕੱਲ੍ਹ ਵੀ 2200 ਪਾਸ ਸ਼ੁਰੂ ਕੀਤੇ ਗਏ, ਪਰਸੋਂ ਵਾਸਤੇ ਵੀ 2200 ਪਾਸ ਸ਼ੁਰੂ ਕੀਤੇ ਗਏ। ਹਾਲਾਂਕਿ ਸੰਡੇ ਮੰਡੀ ਬੰਦ ਦੀ ਈਵਨ ਦੈਨ ਅਸੀਂ 2200 ਪਾਸ ਸੰਡੇ ਲਈ ਵੀ ਇਸ਼ੂ ਕੀਤੇ ਆ ਕਿਸਾਨ ਤਰਨਤਾਰ ਮੰਡੀ ਲਈ ਤਰਨਤਾਰਨ ਜ਼ਿਲ੍ਹੇ ਲਈ। ਸਾਡੇ ਜ਼ਿਲ੍ਹੇ 'ਚ ਇਸ ਤਰ੍ਹਾਂ ਕੋਈ ਸਮੱਸਿਆ ਨਹੀਂ ਸੀਗੀ, ਪਰ ਹੁਣ ਕਿਸਾਨ ਆਏ ਨੇ ਇਹਨਾਂ ਦੇ ਵੀਰਾਂ ਨੂੰ ਕਿਤੇ ਸਮੱਸਿਆ ਮੌਸਮ ਜਿਹੜਾ ਹੈਗਾ ਬਦਲਾ ਹੋ ਗਿਆ ਵੇ ਅਤੇ ਇਹਨਾਂ ਨੂੰ ਡਰ ਲੱਗਦਾ ਕਿਤੇ ਜੇ ਮੀਂਹ ਬਾਰਿਸ਼ ਆ ਗਏ ਤਾਂ ਇਹਨਾਂ ਦੀ ਫਸਲ ਦਾ ਨੁਕਸਾਨ ਹੋ ਜਾਏਗਾ। ਫਿਲਹਾਲ ਅਸੀਂ ਜਿਹੜੀ ਟਰਾਲੀਆਂ ਨਾਲ ਅਲੋਅ ਕੀਤਾ ਅੰਦਰ ਜਾਣ ਲਈ, ਜਿਹੜੀ ਅਸੀਂ 10-12 ਟਰਾਲੀਆਂ ਨੂੰ ਅਸੀਂ ਅਲੋਅ ਕਰਦਾ ਵੇ
ਅਤੇ ਇਸ ਤੋਂ ਬਾਅਦ ਵੇਖਾਂਗੇ ਜੇ ਕੋਈ ਇਹਨਾਂ ਦਾ ਸਲਿਊਸ਼ਨ ਕਿੱਦਾਂ ਲੈਣਾ ਪਾਸਪੋਰਟ ਨੂੰ ਇਸ਼ੂ ਸਪੈਸ਼ਲ ਇਸ਼ੂ ਕਰਾ ਕੇ ਦੈਨ ਇਹਨਾਂ ਨੂੰ ਅਸੀਂ ਇਹਦੇ ਨਾਲ ਪਰਚੇਸ ਕਰਾਂਗੇ। ਅਸੀਂ ਵੇਖੋ ਹਰ ਬੰਦੇ ਨੂੰ ਵਾਰ ਵਾਰ ਅਪੀਲ ਕੀਤੀ ਜਾ ਸਕਦੀ ਵੀ ਜਿਹੜਾ ਸੋਸ਼ਲ ਡਿਸਟੈਂਸ ਬਣਾ ਕੇ ਖੜਿਆ ਜਾਵੇ। ਮੈਂ ਜਦੋਂ ਇੱਥੇ ਆਇਆ ਹਾਂ ਵੇਖਿਆ ਬੜਾ ਇਕੱਠ ਸੀ ਲੋਕਾਂ ਦਾ, ਪਹਿਲੇ ਤਾਂ ਕਿਸਾਨ ਜਥੇਬੰਦੀਆਂ ਜਿਹੜੇ ਸਤਨਾਮ ਸਿੰਘ ਪੰਨੂ ਉਹਨਾਂ ਨੂੰ ਚਟਾਲਾ ਸਾਹਿਬ ਨੂੰ ਸਾਰਿਆਂ ਨੂੰ ਪਹਿਲਾਂ ਬੇਨਤੀ ਕੀਤੀ ਵੀ ਆਪਾਂ ਗੱਲ ਤਦ ਕਰਾਂਗੇ ਪਹਿਲਾਂ ਸੋਸ਼ਲ ਡਿਸਟੈਂਸ ਮੇਨਟੇਨ ਕਰਾਂਗੇ, 2 ਮਿੰਟ ਲਈ ਤਾਂ ਕਿਸਾਨ ਸੋਸ਼ਲ ਡਿਸਟੈਂਸ ਮੇਨਟੇਨ ਕਰਨ ਦੇਣ ਫਿਰ ਇਕੱਠੇ ਹੋ ਜਾਂਦੇ। ਬਾਰ ਬਾਰ ਇੱਕੋ ਅਪੀਲ ਕੀਤੀ ਸੋਸ਼ਲ ਡਿਸਟੈਂਸ ਮੇਨਟੇਨ ਕਰੋ, ਜਦੋਂ ਤੱਕ ਸੋਸ਼ਲ ਡਿਸਟੈਂਸ ਮੇਨਟੇਨ ਨਹੀਂ ਹੁੰਦਾ ਸਾਡਾ ਬਚਾਅ ਨਹੀਂ ਹੈਗਾ। ਇਸ ਬਿਮਾਰੀ ਦਾ ਬਚਾਅ ਇਲਾਜ ਇੱਕੋ ਹੀ ਹੈ ਸੋਸ਼ਲ ਡਿਸਟੈਂਸ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਕਿਸਾਨ ਜਥੇਬੰਦੀਆਂ ਨੂੰ ਵੀਰਾਂ ਨੂੰ ਬੇਨਤੀ ਕਰਦਾ ਵਾਂ ਸੋਸ਼ਲ ਡਿਸਟੈਂਸ ਜ਼ਰੂਰ ਮੇਨਟੇਨ, ਤੁਹਾਡੇ ਕਣਕ ਦਾ ਅਖੀਰਲਾ ਦਾਣਾ ਵਿੱਚ ਪੈ ਜਾਏਗਾ। ਮਾਨਯੋਗ ਡਿਪਟੀ ਸਪੀਕਰ ਸਾਹਿਬ ਜੀ ਬਿਲਕੁਲ ਕਲੀਅਰ ਕੱਟ ਇੰਸਟਰਕਸ਼ਨਸ ਹੈਗੀਆਂ ਨੇ, ਸਰਕਾਰ ਦੀਆਂ ਇੰਸਟਰਕਸ਼ਨਾਂ ਹੈਗੀਆਂ ਨੇ, ਡੀਸੀ ਸਾਹਿਬ ਨੇ ਕਿਹਾ ਵੀ ਪੂਰਾ ਇੰਸਟਰਕਸ਼ਨਾਂ ਦੀ ਪਾਲਣਾ ਕਰਦੇ ਹਰ ਕਿਸਾਨ ਦਾ ਇੱਕ ਦਾਣਾ ਚੁੱਕਿਆ ਜਾਏਗਾ। ਸਿਰਫ ਇੱਕੋ ਅਪੀਲ ਹੈ ਸੋਸ਼ਲ ਡਿਸਟੈਂਸ ਮੇਨਟੇਨ ਰੱਖੋ। ਅਸੀਂ ਅਸੀਂ ਪ੍ਰੋਗਰਾਮ ਕਰ ਰਹੇ ਹਾਂ, ਪਾਸ ਦੇ ਰਹੇ ਹਾਂ, ਪਰ ਮੋਟਿਵ ਵੀ ਹੋਈ ਹੈ ਸੋਸ਼ਲ ਡਿਸਟੈਂਸ ਮੇਨਟੇਨ, ਹੋਰ ਕੋਈ ਮੋਟਿਵ ਨਹੀਂ ਹੈ। ਰੱਖੋ ਡੀਸੀ ਨਾਲ ਗੱਲ ਕਰਕੇ ਅਸੀਂ ਇਹਨਾਂ ਨੂੰ ਸਪੈਸ਼ਲ ਪਾਸ ਇਸ਼ੂ ਕਰਾ ਕੇ ਅਤੇ ਕੋਈ ਇਹਨਾਂ ਦਾ ਹੱਲ ਕਰਾਂਗੇ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। For more news updates and entertainment videos, please subscribe our channel. For all latest notification, don't forget to press the bell icon.